ਅੱਜ ਬਹੁਤ ਖੁਸ਼ੀ ਹੈ ਭਲਾ ਦਿਨ ਆਪਣੇ ਵਾਸਤੇ ਜਿਹੜਾ ਏਡਾ ਵੱਡਾ ਉਪਰਾਲਾ ਜ਼ਿਲ੍ਹੇ ਦੇ ਵਿੱਚ ਪਹਿਲੇ ਨੰਬਰ ਤੇ ਇਹ ਜਿਹੜਾ ਪਿੰਡ ਉਲਕ ਦੇ ਵਿੱਚ ਅੱਜ ਤੁਹਾਨੂੰ ਅਸੀਂ ਪੰਜ ਪੰਜ ਜਿਹੜੇ ਮਰਲਿਆਂ ਨੇ ਪਲਾਟਾਂ ਦੇ ਅਸੀਂ ਤੁਹਾਨੂੰ ਉਹਨਾਂ ਦੀ ਮਾਲਕ ਬਣਾਉਣ ਜਾ ਰਹੇ ਹਾਂ ਤੇ ਤੁਸੀਂ ਸਾਰਾ ਪਿੰਡ ਇਸ ਗੱਲ ਦਾ ਵਧਾਈ ਦੇ ਪਾਤਰ ਹੋ ਵੀ ਜਿਹੜਾ ਇਹ ਜਿਹੜੀ ਇਹ ਪੰਜ ਪੰਜ ਮਰਲਿਆਂ ਦੇ ਪਲਾਟ ਹੈ ਪੂਰੇ ਜ਼ਿਲ੍ਹਾ ਮਾਨਸਾ ਦੇ ਵਿੱਚੋਂ ਪਿੰਡ ਉਲਕ ਦੇ ਵਿੱਚ ਇਹ ਅੱਜ ਤੁਹਾਨੂੰ ਅਸੀਂ ਇਹਦੀ ਲੈਟਰ ਦੇ ਰਹੇ ਹਾਂ ਤੁਹਾਨੂੰ ਮਾਲਕ ਬਣਾ ਰਹੇ ਹਾਂ ਅਸੀਂ ਤੇ ਤਕਰੀਬਨ 82 ਪਲਾਟ ਨੇ ਤੇ ਇਹਦੇ ਵਿੱਚ ਬੜਾ ਵੱਡਾ ਯੋਗਦਾਨ ਪੰਚਾਇਤ ਹੈ ਚਲੋ ਅਫਸਰਾਂ ਦਾ ਹੁੰਦਾ ਸਾਡਾ ਹੁੰਦਾ ਪਰ ਜਿਹੜੀ ਸਾਡੇ ਜਿਹੜੇ ਮਾਸਟਰ ਜੀ ਰਣਵੀਰ ਨੇ ਉਹਨਾਂ ਨੇ ਬੜੀ ਹਿੰਮਤ ਕੀਤੀ ਬੜੀ ਮਿਹਨਤ ਭੱਜ ਦੌੜ ਕੀਤੀ ਇਹਦੇ ਸਦਕਾ ਹੀ ਤੁਹਾਨੂੰ ਇਹ ਪਲਾਟ ਤੁਹਾਨੂੰ ਮਿਲਣ ਜਾ ਰਹੇ ਨੇ ਤੇ ਜੇ ਗੱਲ ਕਰੀਏ ਇਹ ਜਿਹੜਾ ਪਲਾਟਾਂ ਦਾ ਜਿਹੜੀ ਇਹ ਤੁਹਾਡੇ ਨਾਲ ਮੋਫਰ ਸਾਹਿਬ ਨੇ ਪਿਛਲੀ ਸਰਕਾਰ ਦੇ ਵਿੱਚ ਵਾਅਦਾ ਕੀਤਾ ਸੀ ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਸੀ 2002 ਤੋਂ ਲੈ ਕੇ 2007 ਤੱਕ ਉਦੋਂ ਨੀਂਹ ਪੱਥਰ ਵੀ ਰੱਖਿਆ ਗਿਆ ਸੀ ਪਰ ਕਿਸਮਤ ਸਰਕਾਰ ਨਾ ਬਣੀ ਜਿਹਦੇ ਕਰਕੇ ਆਪਣਾ ਇਹ ਜਿਹੜਾ ਮੋਹਰ ਸਾਰਾ ਸੁਪਨਾ ਸੀ ਉਹ ਵਿੱਚ ਰਹਿ ਗਿਆ ਅੱਜ ਉਹਨੂੰ ਆਪਾਂ ਇਹ ਪੂਰਾ ਕਰਨ ਜਾ ਰਹੇ ਹਾਂ ਤੇ ਤੁਹਾਨੂੰ ਅੱਜ ਬਹੁਤ ਇਸ ਗੱਲ ਦੀ ਪਿੰਡ ਉਲਕ ਵਿਖੇ ਜੋ ਅੱਜ ਲੋੜਵੰਦ ਪਰਿਵਾਰਾਂ ਨੂੰ ਪਲਾਟ ਦਿੱਤੇ ਗਏ ਹਨ ਉਹ ਕਿੰਨੇ ਪਰਿਵਾਰਾਂ ਨੂੰ ਦਿੱਤੇ ਗਏ ਹਨ ਅਤੇ ਤੁਸੀਂ ਕੀ ਕਹਿਣਾ ਚਾਹੁੰਦੇ ਇਹਨਾਂ ਬਾਰੇ ਪਿੰਡ ਉਲਕ ਦੇ ਜੋ ਵਸਨੀਕ ਨੇ ਉਹਨਾਂ ਨੂੰ 82 ਪਰਿਵਾਰਾਂ ਨੂੰ ਅਸੀਂ ਮਤਲਬ ਪਲਾਟ ਦਿੱਤੇ ਗਏ ਨੇ ਗਰੀਬ ਪਰਿਵਾਰਾਂ ਨੂੰ ਜੋ ਕਿ ਗਰੀਬੀ ਦੀ ਰੇਖਾ ਤੋਂ ਹੇਠਾਂ ਸੀਗੇ ਤਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਵੀ ਜ਼ਿਆਦਾ ਸੀ ਇਹ ਜੇ ਪਰਪਜ ਅਸੀਂ ਸਿਸਟਮ ਦੇ ਆਧਾਰ 'ਤੇ ਉਹਨਾਂ ਨੂੰ ਇਹ ਜਿਹੜੀ ਪਲਾਟ ਹੈ ਉਹ ਅਲੋਟ ਕਰਵਾਏ ਅੱਛਾ ਇਹ ਪਲਾਟ ਜੋ ਦਿੱਤੇ ਗਏ ਨਾ ਇਸ ਸਮਾਗਮ ਵਿੱਚ ਕੌਣ ਸ਼ਾਮਿਲ ਹੋਏ ਇਹ ਸਾਡੇ ਸਤਿਕਾਰਯੋਗ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮਜੀਤ ਸਿੰਘ ਮੁਫਰ ਸਾਡੇ ਬਹੁਤ ਹੀ ਸਤਿਕਾਰਯੋਗ ਵੀਡੀਓ ਮੇਜਰ ਸਿੰਘ ਜੀ DDPO ਸਾਹਿਬ ਜੋਸ਼ੀ ਜੀ ਅਤੇ ਅਦਰ ਜੋ ਵੀ ਮਤਲਬ ਇਸ ਚੀਜ਼ ਨਾਲ ਕੰਸਰਨਡ ਮੁਲਾਜ਼ਮ ਸੀਗੇ ਸਾਡੇ ਸੈਕਟਰੀ ਸਾਹਿਬ ਜੋ ਵੀ ਸੀ ਉਹ ਸਾਰੇ ਇਸ ਚੀਜ਼ ਮਤਲਬ ਇਹਦੇ ਵਿੱਚ ਸ਼ਾਮਿਲ ਹੋਏ ਗ੍ਰਾਮ ਪੰਚਾਇਤ ਵੱਲੋਂ ਹੁਣ ਤੱਕ ਪਿੰਡ ਵਿੱਚ ਕੀ ਕੰਮ ਹੋ ਚੁੱਕੇ ਹਨ ਗ੍ਰਾਮ ਪੰਚਾਇਤ ਵੱਲੋਂ ਜੀ ਪਿੰਡ ਦੇ ਲਗਭਗ 7 ਗਲੀਆਂ ਇੰਟਰਲੋਕ ਅਸੀਂ ਕਰਵਾ ਚੁੱਕੇ ਹਾਂ ਪਿੰਡ ਦੀ ਜੋ ਲੋਕਾਂ ਦੀ ਮੁੱਖ ਮੰਗ ਸੀ ਅਨਾਜ ਦਾਣਾ ਮੰਡੀ ਜਿਹੜੀ ਜ਼ਿਮੀਂਦਾਰਾਂ ਦਾ ਮੁੱਖ ਧੰਦਾ ਹੈ ਖੇਤੀਬਾੜੀ ਉਹਨਾਂ ਨੂੰ ਮਤਲਬ ਵੇਚਣ ਦੀ ਬੜੀ ਦਿੱਕਤ ਆਉਂਦੀ ਸੀ ਇਸ ਕਰਕੇ ਅਸੀਂ ਖਰੀਦ ਕੇਂਦਰ ਸਾਡੇ ਪਿੰਡ ਦੇ ਵਿੱਚ ਸਥਾਪਿਤ ਕੀਤਾ ਤਾਂ ਉਸ ਤੋਂ ਬਾਅਦ ਅਸੀਂ ਪੰਚਾਇਤੀ ਤੌਰ 'ਤੇ ਉਹਨੂੰ ਪੱਕਾ ਵੀ ਕੀਤਾ ਅਤੇ ਮਤਲਬ ਬੈਠਣ ਵਾਸਤੇ ਪਬਲਿਕ ਦੇ ਅਸੀਂ ਖੜ੍ਹੇ ਵਗੈਰਾ ਜੋ ਵੀ ਹੈ ਉਹ ਵੀ ਮਤਲਬ ਇਹਨਾਂ ਨੂੰ ਸਹੂਲਤਾਂ ਪ੍ਰੋਵਾਈਡ ਕਰਵਾਈ ਠੀਕ ਹੈ ਥੈਂਕ ਯੂ ਨਾਜ਼ਮ ਸਿੰਘ ਜੀ ਪਿੰਡ ਉਲਕ ਵਿਖੇ ਜੋ ਪ੍ਰੋਗਰਾਮ ਰੱਖਿਆ ਗਿਆ ਸੀ ਇਸ ਵਾਰ ਕੀ ਕਹਿਣਾ ਚਾਹੋਗੇ ਮੈਂ ਤਾਂ ਇਹ ਕਹਿਣਾ ਚਾਹੁੰਦਾ ਜੀ ਜਿਹੜਾ ਆਪਣੇ ਬਾਈ ਜੀ ਬਿਕਰਮ ਸਿੰਘ ਮੋਫਰ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਮਾਨਸਾ ਨੇ ਅਤੇ ਸਾਡੀ ਮਾਤਾ ਸਰਪੰਚ ਰੂਪ ਕੌਰ ਉਲਕ ਦੇ ਯਤਨਸ਼ੀਲਾਂ ਦੇ ਉਲਕ ਦੇ ਯਤਨਾਸ਼ੀਲ ਦੇ ਕਰਕੇ ਜੋ ਲੋੜਵੰਦਾਂ ਨੂੰ ਪਰਿਵਾਰ ਨੂੰ ਦਿੱਤੇ ਗਏ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੋਈ ਪਾਰਟੀ ਬਾਜੀ ਨੇ ਵੇਖੀ ਵੀ ਕੋਈ ਆਮ ਆਉਂਦਾ ਕਾਂਗਰਸ ਦਾ ਅਕਾਲੀ ਦਲ ਦਾ ਪਰ ਹਰੇਕ ਨੂੰ 82 ਤਕਰੀਬਨ 82 ਘਰਾਂ ਨੂੰ ਅਤੇ ਪਲਾਟ ਦਿੱਤੇ ਗਏ ਨੇ ਉਹ ਪਲਾਟ ਦੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸ਼ਲਾਘਾ ਕਰਦੇ ਹਾਂ ਜਿਹੜਾ ਇਹ ਸਾਡੇ ਮਾਨਸਾ ਤੋਂ ਇਹਦਾ ਨੀਂਹ ਪੱਥਰ ਰੱਖਿਆ ਗਿਆ ਪਹਿਲਾਂ ਮਾਨਸਾ ਤੋਂ ਸ਼ੁਰੂਆਤ ਹੋਈ ਹੈ ਅਸੀਂ ਪੰਚਾਇਤ ਦਾ ਵੀ ਧੰਨਵਾਦ ਕਰਦੇ ਹਾਂ ਬਾਈ ਮੋਫਰ ਸਾਹਿਬ ਦਾ ਵੀ ਧੰਨਵਾਦ ਕਰਦੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ